ਬੇਬੇ ਵਾਰਤਕ ਲੇਖ ਹਰਪਾਲ ਸਿੰਘ ਪੰਨੂ ਦਾ ਲਿਖਿਆ ਹੋਇਆ ਹੈ। ਇਸ ਵਿੱਚ ਬੇਬੇ ਮੁੱਖ ਪਾਤਰ ਹੈ। ਲੇਖਕ ਨੂੰ ਆਪਣੀ ਬੇਬੇ ਘਰ ਦੀ ਅਜਿਹੀ ਰੌਣਕ ਲੱਗਦੀ ਹੈ ਕਿ ਜੇ ਬੇਬੇ ਘਰ ਵਿੱਚ ਹੈ ਤਾਂ ਉਹ ਘਰ ਤਿੱਥ ਤਿਉਹਾਰ ਦੀ ਤਰ੍ਹਾਂ ਹੈ, ਦਿਨ ਤਿਉਹਾਰ ਦੀ ਤਰ੍ਹਾਂ ਹੈ। ਬੇਬੇ ਜਦੋਂ ਉਹਦੇ ਪਾਣੀ ਭਰਨ ਜਾਂਦੀ ਹੈ ਤਾਂ ਉਸਦਾ ਜਿਹੜਾ ਜਿਹੜਾ ਲੇਖਕ ਸੀ ਉਦੋਂ 4-5 ਸਾਲ ਦਾ ਸੀ ਤਾਂ ਉਹ ਆਪਣੀ ਬੇਬੇ ਨਾਲ ਜਾਂਦਾ, ਉਸਦੀ ਕਮੀਜ਼ ਦੀ ਕੰਨੀ ਫੜ ਲੈਂਦਾ ਕੰਨੀ। ਜਦੋਂ ਬੇਬੇ ਘਰ ਹੁੰਦੀ ਤਾਂ ਉਸਨੂੰ ਉਹ ਘਰ ਤਿਉਹਾਰ ਵਰਗਾ ਜਾਪਦਾ। ਲੇਖਕ ਦੇ ਬਾਪੂ ਦਾ ਸੁਭਾਅ ਕਿਹੋ ਜਿਹਾ ਸੀ? ਸਖਤ ਸੁਭਾਅ ਦਾ ਮਾਲਕ ਸੀ। ਲੇਖਕ ਦੇ ਬਾਪੂ ਦਾ ਸੁਭਾਅ ਕਿਹੋ ਜਿਹਾ ਸੀ ਬੇਟੇ? ਸਖਤ ਸੁਭਾਅ ਵਾਲਾ ਸੀ। ਨੈਕਸਟ, ਇਸ ਕਰਕੇ ਜਦੋਂ ਬੇਬੇ ਕਦੇ ਨਾਨਕੇ ਗਏ ਹੁੰਦੇ ਤਾਂ ਪਿੱਛੋਂ ਜਿਹੜਾ ਬਾਪੂ ਸੀ ਉਹ ਬੱਚਿਆਂ ਨੂੰ ਨਹੀਂ ਸੀ ਝਿੜਕਦਾ। ਉਸਨੂੰ ਲੱਗਦਾ ਸੀ ਜੇਕਰ ਮੈਂ ਬੱਚਿਆਂ ਨੂੰ ਝਿੜਕਿਆ ਤਾਂ ਇਹ ਰੋ ਪੈਣਗੇ, ਇਹ ਰੋਣੋ ਚੁੱਪ ਨਹੀਂ ਹੋਣਗੇ। ਤੇ ਜਦੋਂ ਘਰ ਵਿੱਚ ਪੈਸੇ ਦੀ ਤੰਗੀ ਆ ਜਾਂਦੀ, ਘਰ ਵਿੱਚ ਤੰਗੀ ਹੋਣ ਕਾਰਨ ਕਿਹੜਾ ਪਰਿਵਾਰ ਉਹਨਾਂ ਦੀ ਮਦਦ ਕਰਦਾ? ਨਾਨਕਾ ਪਰਿਵਾਰ, ਨਾਨਕਾ ਪਰਿਵਾਰ। ਤੇ ਜਦੋਂ ਉਸਨੇ ਲੇਖਕ ਨੂੰ ਨਾਨਕੇ ਘਰ ਤੋਰਿਆ ਤੰਗੀ ਆਉਣ ਕਾਰਨ, ਤਾਂ ਲੇਖਕ ਨੂੰ ਕੀ ਸਮਝਾਇਆ ਕਿ ਉੱਥੇ ਸਭ ਨਾਲ ਅਕਲ ਨਾਲ ਹਲੀਮੀ ਨਾਲ ਗੱਲ ਕਰਨੀ ਹੈ। ਕਿਹਦੇ ਨਾਲ ਗੱਲ ਕਰਨੀ ਹੈ? ਅਕਲ ਤੇ ਹਲੀਮੀ ਨਾਲ। ਜਦੋਂ ਲੇਖਕ ਪਟਿਆਲੇ ਜਾਣ ਲੱਗਦਾ ਤਾਂ ਉਸਦੀ ਮਾਂ ਤੇ ਕੀ ਅਸਰ ਹੁੰਦਾ ਬੇਬੇ ਤੇ? ਉਸਦੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ, ਅੱਖਾਂ ਛਲਕਦੀਆਂ। ਕਲੀਅਰ ਹੈ ਬੇਟੇ? ਨੈਕਸਟ, ਪੜ੍ਹਾਈ ਕਰਨ ਲਈ ਜਦੋਂ ਲੇਖਕ ਪਟਿਆਲੇ ਜਾਂਦਾ ਤਾਂ ਉਸਦੀ ਮਾਂ ਦੀਆਂ ਅੱਖਾਂ ਭਰ ਆਉਂਦੀਆਂ। ਦੁਸਹਿਰੇ ਤੋਂ ਪਹਿਲਾਂ ਲੇਖਕ ਦੇ ਘਰ ਨੂੰ ਕੀ ਕੀਤਾ ਜਾਂਦਾ ਸੀ? ਲਿੱਪਾ ਪੋਚੀ। ਲਿੱਪਾ ਪੋਚੀ ਦਾ ਮਤਲਬ ਹੈ ਸਫੈਦੀ ਨਹੀਂ, ਮਿੱਟੀ ਦਾ ਲੇਪ ਕੀਤਾ ਜਾਂਦਾ ਸੀ ਘਰ ਨੂੰ ਲਿਸ਼ਕਾਉਣ ਲਈ। ਠੀਕ ਹੈ, ਪਰੋਲਾ ਫੇਰਿਆ ਜਾਂਦਾ ਸੀ। ਪਰੋਲਾ ਮੀਨਸ ਪੋਚਾ ਫੇਰਿਆ ਜਾਂਦਾ ਸੀ। ਕਾਹਦਾ? ਪਾਂਡੂ ਦਾ। ਪਾਂਡੂ ਦਾ ਪਰੋਲਾ ਮੀਨਸ ਮਿੱਟੀ ਦੀ ਇੱਕ ਕਿਸਮ ਹੈ ਪਾਂਡੂ। ਪਾਂਡੂ ਕੀ ਹੈ? ਮਿੱਟੀ ਦੀ ਕਿਸਮ। ਉਹਦੇ ਦੇ ਵਿੱਚ ਸਾਰਾ ਤੂੜੀ ਤੇ ਗੋਹਰ ਲਾ ਕੇ, ਤੂੜੀ ਤੇ ਗੋਹਰ ਲਾਇਆ ਜਾਂਦਾ ਸੀ। ਫਿਰ ਕਈ ਚੀਜ਼ਾਂ ਵਿੱਚ ਪਾਣੀ ਪਾ ਕੇ ਉਹਦਾ ਲੇਪ ਬਣਾਇਆ ਜਾਂਦਾ ਤੇ ਉਹਦਾ ਲਿਪਣ ਕੀਤਾ ਜਾਂਦਾ ਸੀ। ਘਰ ਵਿੱਚ ਲਿਪਿਆ ਜਾਂਦਾ ਸੀ, ਘਰ ਦੀਆਂ ਛੱਤਾਂ ਨੂੰ ਲਿਪਿਆ ਜਾਂਦਾ ਸੀ। ਕਣਕਾਂ ਜਦੋਂ ਪੱਕਣ ਲੱਗਦੀਆਂ, ਬੱਦਲ ਚੜ ਕੇ ਆਉਂਦੇ ਤਾਂ ਵਿਸਾਖ ਦਾ ਮਹੀਨਾ ਲੇਖਕ ਦੀ ਬੇਬੇ ਨੂੰ ਕਿਹੋ ਜਿਹਾ ਲੱਗਦਾ? ਜਿਵੇਂ ਸਾਉਣ ਦਾ ਮਹੀਨਾ ਆ ਗਿਆ ਹੋਵੇ। ਕਿਹੜਾ ਮਹੀਨਾ ਸਾਉਣ ਦਾ ਮਹੀਨਾ ਲੱਗਦਾ? ਵਿਸਾਖ ਦਾ ਮਹੀਨਾ। ਵਿਸਾਖ ਦਾ ਮਹੀਨੇ ਤੋਂ ਬਾਅਦ ਕਿਹੜਾ ਮਹੀਨਾ ਆਉਂਦਾ? ਜੇਠ ਤਿਉਹਾਰ ਦਾ ਮਹੀਨਾ। ਸਾਉਣ ਦੇ ਮਹੀਨੇ ਤੋਂ ਬਾਅਦ ਕਿਹੜਾ ਮਹੀਨਾ ਆਉਂਦਾ? ਭਾਦੋ ਤੇ ਅੱਸੂ ਦਾ ਮਹੀਨਾ। ਕਲੀਅਰ ਹੈ ਬੇਟੇ? ਇਹ ਸਾਰੇ ਵਨ ਮਾਰਕ ਕੁਐਸਚਨਸ ਨੇ। ਨੈਕਸਟ, ਜਦੋਂ ਲੇਖਕ ਦੀ ਬੇਬੇ ਬੱਸ ਵਿੱਚ ਜਾਂਦੀ ਤਾਂ ਉਹ ਦੱਸਦੀ ਹੈ ਕਿ ਲੇਖਕ ਨੂੰ ਵੀ ਸਮਾਂ ਯਾਦ ਆਉਂਦਾ ਕਿ ਲੇਖਕ ਦੀ ਬੇਬੇ ਦੱਸਦੀ ਸੀ ਅਸੀਂ ਸੀਟ ਨਾਲ ਕਿਹੜਾ ਜਿਹੜਾ ਬੰਦਾ ਬੈਠਾ ਸੀ ਉਸਦਾ ਮੂੰਹ ਕਿੱਦਾਂ ਖੁੱਲਦਾ ਸੀ, ਜਿਵੇਂ ਕੈਚੀ ਕੇਸ ਖੁੱਲ ਗਿਆ ਹੋਵੇ। ਕਿਸਾ ਮੂੰਹ ਕੈਚੀ ਕੇਸੀ ਤਰ੍ਹਾਂ ਖੁੱਲਦਾ ਸੀ? ਲੇਖਕ ਦੀ ਬੇਬੇ ਦੀ ਸੀਟ ਨਾਲ ਜਿਹੜਾ ਬੰਦਾ ਬੱਸ ਵਿੱਚ ਆ ਕੇ ਬੈਠਿਆ ਹੁੰਦਾ, ਭੁਜੀਆਂ ਮੂੰਹ ਵਿੱਚੋਂ ਕਿਸ ਤਰ੍ਹਾਂ ਕਿਰਦਾ ਸੀ? ਜਿਵੇਂ ਚੋਲਾਂ ਦੇ ਸ਼ੈਲਰਾਂ ਵਿੱਚੋਂ ਦੀ ਪਾਏ ਵਿੱਚੋਂ ਦਾਣਾ ਫੁੱਕਾ ਗਿਰਦਾ ਹੈ। ਜਦੋਂ ਲੇਖਕ ਦੀ ਬੇਬੇ ਇਹ ਵੀ ਸਮਝਾਉਂਦੀ ਕਿ ਜਦੋਂ ਜ਼ਿੰਦਗੀ ਵਿੱਚ ਕੋਈ ਜੋਖਮ ਭਰਿਆ ਸਮਾਂ ਆ ਜਾਏ ਤਾਂ ਖਤਰਿਆਂ ਤੋਂ ਘਬਰਾਉਣਾ ਨਹੀਂ ਚਾਹੀਦਾ, ਕਿ ਰੱਬ ਵੀ ਉਹਨਾਂ ਦਾ ਸਾਥ ਦਿੰਦਾ ਜਿਹੜੇ ਕਿ ਰੱਬ ਉਹਨਾਂ ਦੇ ਅੰਗ ਸੰਗ ਹੈ ਜਿਹੜੇ ਕਿ ਖਤਰਿਆਂ ਤੋਂ ਨਹੀਂ ਘਬਰਾਉਂਦੇ ਜ਼ਿੰਦਗੀ ਵਿੱਚ। ਬੇਬੇ ਦੀ ਇਹ ਗੱਲ ਵੀ ਉਹਨੂੰ ਯਾਦ ਹੈ ਕਿ ਜਦੋਂ ਕਿਤੇ ਕੋਈ ਗੁਆਂਢੀ ਆਪਣੀ ਔਰਤ ਨੂੰ ਕੁੱਟਦਾ, ਹੱਥ ਚੁੱਕਦਾ, ਤਾਂ ਬੇਬੇ ਉਸਦੇ ਘਰ ਉਲਾਂਭਾ ਦੇਣ ਜਾਂਦੀ ਕਿ ਔਰਤ ਨੂੰ ਕੁੱਟਣਾ ਕਿਸਦੇ ਬਰਾਬਰ ਹੈ? ਧਰਤੀ ਨੂੰ ਕੁੱਟਣ ਦੇ ਬਰਾਬਰ ਹੈ। ਕਹਿੰਦਾ ਕੋਈ ਸੂਰਮ ਗਤੀ ਨਹੀਂ ਹੈ ਕਿ ਆਪਣੀ ਪਤਨੀ ਤੇ ਹੱਥ ਚੁੱਕਣਾ? ਘਰ ਦੀ ਰੋਟੀ ਬੰਦੀ ਅਜੇ ਇਨਸਾਨਾਂ ਨੂੰ ਮਾੜੀ ਲੱਗਦੀ ਹੈ ਕਿ ਜਿਹੜੇ ਇਨਸਾਨ ਔਰਤ ਨੂੰ ਮਾਰਦੇ ਨੇ, ਕੁੱਟਦੇ ਨੇ, ਦੁਖੀ ਕਰਦੇ ਨੇ, ਉਹਨਾਂ ਨੂੰ ਉਹਨਾਂ ਦੀਆਂ ਬਦਦੁਆਵਾਂ ਲੱਗਦੀਆਂ ਨੇ। ਬੇਬੇ ਨੂੰ ਇਹ ਵੀ ਤਜਰਬਾ ਸੀ ਕਿ ਕਿਸੇ ਘਰ ਦਾ ਟੱਬਰ ਕਿੱਥੋਂ ਪਤਾ ਲੱਗ ਜਾਂਦਾ ਕਿ ਵੱਡਾ? ਪ੍ਰਾਂਤ ਵਿੱਚ ਗੁੰਨੇ ਹੋਏ ਆਟੇ ਤੋਂ। ਪ੍ਰਾਂਤ ਵਿੱਚ ਗੁੰਨੇ ਹੋਏ ਆਟੇ ਤੋਂ ਕਿਸਦਾ ਪਤਾ ਚੱਲਦਾ? ਵੱਡੇ ਟੱਬਰ ਦੇ, ਵੱਡੇ ਪਰਿਵਾਰ ਦੇ ਹੋਣ ਦਾ ਪਤਾ ਚੱਲਦਾ ਸੀ। ਕਲੀਅਰ ਹੈ ਬੇਟੇ? ਬੇਬੇ ਕਿੰਨੇ ਸਾਲਾਂ ਦੀ ਵਿਆਹੀ ਹੋਈ ਆਈ ਸੀ? 16 ਸਾਲਾਂ ਦੀ ਵਿਆਹੀ ਹੋਈ ਸੀ। ਤੇ ਕਿੰਨੇ ਸਾਲ ਦੀ ਹੁਣ ਹੋ ਗਈ ਸੀ? 90 ਸਾਲਾਂ ਦੀ ਹੋ ਗਈ ਸੀ। 90 ਸਾਲਾਂ ਦੀ ਹੋ ਕੇ ਉਸਦੀ ਜਿਹੜੀ ਸੁਣਨ ਦੀ ਸ਼ਕਤੀ ਘੱਟ ਗਈ, ਦੇਖਣ ਦੀ ਸ਼ਕਤੀ ਘੱਟ ਗਈ, ਪਰ ਉਹ ਘਰ ਦੇ ਮੈਂਬਰਾਂ ਦੀ ਤੋਰ ਚਾਲ ਤੋਂ ਉਸਨੂੰ ਪਤਾ ਲੱਗ ਜਾਂਦਾ
कि यह खुशी के समय चो गुजर रहे हैं या दुख के समय चो गुजर रहे हैं। बेबे अपने आप को घर का की समझती सी, जिंदरा समझती सी, चाबियां लेखक ने बच्चों को समझती सी, क्योंकि वह समझती सी घर के जिंदरे खुलते ने बच्चों के आने नाल, बच्चे घर दियां रौनक हैं। क्लियर है बेटे? नेक्स्ट लास्ट, लेखक का छोटा भरा किसी सेवा करता सी, अपने मापिया की सेवा करता किमें, बंदगी वांग भक्ति वांग, क्या मापिया की सेवा करनी कोई भक्ति तो घट नहीं है। डन है बेटे? लास्ट पैराग्राफ उन्हें दसिया है कि जो असी बेबे उसे सुपने में आँदी तो की करती दिखाई दी, कदे कपाह चुभदी हुई, कदे मिर्चा तोड़ती हुई दिखाई दी, कदे विछूरिया दियां गुत्थियां पलोसती हुई दिखाई दी, ते केड़े कपड़िया विच, पुराने खद्दर के कपड़िया विच जिहड़े कि मिट्टी कट्टे नाल लिपड़े हुए हुंदे, कदे उह झाड़ू दिंदी हुई दिखाई दी, कदे पाथियां थकदी हुई दिखाई दी। अजे तजर्बे सांझे करके लेखक ने कंक्लूजन कढ़िया कि वड्डिया नाल ही मापिया नाल ही घर दियां रौनकां ने। मापे जिथे घर का जिंदरा हुंदे ने उत्थे मापिया तो बिना, खास करके बेबे तो बिना तो घर है जिहड़ा सुन्ना जापदा है। जदों किते बेबे गई हुंदी ना तां लेखक दे घर दे सारे जी चुप चाप सुनसान होके बैठ जांदे, गुमसुम होके बैठ जांदे। नैक्सट, लेखक की मामी का नाम किसी गुरदयाल कौर, ते करतार कौर किसका नाम सी, जिसका परिवार बहुत वड्डा सी। करतार कौर के घरों किसका पता चलता सी, प्रांत विच गुन्ने हुए आटे तो पता चलता कि उसका टब्बर बहुत वड्डा है। ये दो नेम आए ने, गुरदयाल कौर मामी का नाम है, मामी किहो जे रंग वाली है, गोरे रंग वाली मामी है। नैक्सट, जदों कोई बेबे दियां झाड़ां सुनदा तां लोक की करदे, चुप चाप हो जाते झाड़ा सुन के। बेबे अपने आप को घर का जिंदरा समझती सी, बेबे नूं लोकां वल्लों किन्ना नूं मारना चंगा नहीं सी लगता, जिहड़े लोक किन्ना नूं मारदे ने उह चंगा नहीं सी लगता बेबे नूं। दस सकदे हो क्वेश्चन आपां विच पढ़िया भी नहीं है, मोरां नूं, मुरगातियां नूं, कुंजां नूं मारना कहिंदे चंगा नहीं हुंदा, पंछियां नूं वी जरा पर्टिकुलर वर्ड की है, पंछियां नूं मारना लोगों वालों मारना बेबे नूं बिल्कुल चंगा नहीं सी लगता, दुखी करता सी। बेबे अपना असली पिंड हाले भी किन्नू समझदी सी, 90 साल की होके भी किन्नू समझदी सी अपना पिंड मायका नूं, मीस पेके घर नूं समझदी सी। क्लियर है बेटे? पेके घर नूं, नानके पिंड नूं अपना घर समझदी, अपना पिंड समझदी है, भावे सोरे घर आया इन्नी जिंदगी बिता दी उसने। समझ आ गई बेटे? मामी बेबे नूं उसे घर दी की कह के दसदी सी, मालकन। मामी की कहंदी है बेबे नूं? उस घर दी मालकन। बेबे लेखक दी मामी नूं की समझदी है? बेबे लेखक दी मामी नूं अपनी सहेली समझदी है। लेखक दे नानके कहो जे सन चंगे जिमीदार, वाहीकार वाहीकार सन। बापू बेबे की गैर हाजरी विच किसनू क्यों नहीं सी कुछ कहिंदा, बच्चों नू कुछ नहीं सी कहिंदा। बेबे दे हुंदिया लेखक की करदा, पढ़दा सी, डंगर चारदा सी, खेती करदा, नहर विच छाला मारदा, उसनू जेही मौज मस्ती करना बहुत ही चंगा लगदा। एक क्वेश्चन होर आपां कीता सी, बोली बोलदे समय बेबे अपनी भाषा नाल कादी वरतों करदी सी, दस सकदे हो कादी वरतों करदी सी? उपमा अलंकारां दी वरतों करदी है। कादी वरतों करदी है बेटे? उपमा अलंकारां दी वरतों करदी है। इस समय जदों वो बोलदी है, बेबे लेखक होरां नूं की करन दी हमेशा प्रेरणा दिंदी? मेहनत ते उद्यम करन दी प्रेरणा दिंदी। किस चीज़ तों अंदाजा लगा लैंदी परिवार वड्डा प्रांत विच गुन्ने होए आटे तों? लेखक दा घर क्यों जैसी कच्चा घर सी, मझ दे सिंगा नूं तेल ला के क्यों जा वातावरण हो जांदा सी, चारे पासे सुगंधी वाला वातावरण, सुगंधित वातावरण कदों हो जांदा? जदों मझ दे सिंगा नूं तेल लाया जांदा उत्थे सुगंधी फैलदी। बेबे अपने आप नूं भैण भरावां रिश्तेदारां दी की समझदी सी? राजधानी दा दर्जा, राजधानी। कहिंदी सी कि जे मैं चले गई राजधानी टुटनी नहीं चाहीदी, मीन्स आपस में तुसीं सारिआं ने मिलदे रहना है, भैन भरावां ने, रिश्तेदारां ने।
ਆਪਣੇ ਨੂੰ ਕਿਹੜਾ ਦਰਜਾ ਦਿੰਦੀ ਹੈ ਰਾਜਧਾਨੀ ਦਾ ਦਰਜਾ ਦਿੰਦੀ ਹੈ ਪੀਰ ਹੈ ਲੇਖਕ ਤੇ ਉਸ ਦਾ ਛੋਟਾ ਭਰਾ ਪਿੰਡ ਵਿੱਚ ਕਦੋਂ ਆਪਸ ਵਿੱਚ ਮਿਲਦੇ ਸਨ ਕੋਈ ਦਿਨ ਤਿਉਹਾਰ ਤੇ ਕੋਈ ਤਿੱਥ ਤਿਉਹਾਰ ਤੇ ਹੀ ਮਿਲਦੇ ਸਨ ਬੇਬੇ ਕਿਹਨਾਂ ਨੂੰ ਮਾਰਨ ਦੇ ਹੱਕ ਵਿੱਚ ਨਹੀਂ ਹੈ ਮੋਰਾਂ ਮੁਰਗਾਬੀਆਂ ਤੇ ਕੁੰਜਾਂ ਦਾ ਜ਼ਿਕਰ ਆਇਆ ਹੈ ਲੈਸਨ ਵਿੱਚ ਇਹ ਤੁਸੀਂ ਚੈਪਟਰ ਹੁਣ ਪ੍ਰਪੇਅਰ ਹੋ ਗਿਆ ਤੁਹਾਡਾ ਇਹਦੇ ਅਕੋਰਡਿੰਗ ਕੁਐਸਚਨ ਆਨਸਰ ਆਣੇ ਹਨ ਬੱਚੇ ਗੂਗਲ ਫਾਰਮ 'ਚ ਤੁਹਾਡਾ ਟੈਸਟ ਹੋਣਾ ਹੈ 1 o'clock ਤੇ ਤੁਹਾਨੂੰ ਲਿੰਕ ਸ਼ੇਅਰ ਕੀਤਾ ਜਾਏਗਾ ਔਰ ਤੁਸੀਂ ਕਰਕੇ 20 ਮਿੰਟ ਤੋਂ ਬਾਅਦ ਤੁਸੀਂ ਮੈਨੂੰ ਰਿਸਪੌਂਸ ਆਪਣੇ ਵਿਊ ਸਕੋਰ ਜਿਹੜਾ ਹੈ ਉਹਦਾ ਸਕਰੀਨਸ਼ਾਟ ਤੁਸੀਂ ਪਰਸਨਲ ਨੰਬਰ ਤੇ ਭੇਜਣਾ ਹੈ ਹੁਣ ਆਪਾਂ ਈੜੀ ਭਾਗ ਮੁਹਾਵਰੇ ਦੇਖ ਲਓ 15 ਤੱਕ ਇਟ ਨਾਲ ਇਟ ਕਰ ਪਾਣੀ ਤਬਾਹ ਕਰ ਦੇਣਾ ਤਬਾਹ ਕਰ ਦੇਣਾ ਇਟ ਨਾਲ ਇਟ ਕਰ ਪਾਣੀ ਤਬਾਹ ਕਰ ਦੇਣਾ ਬੰਦਾ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਕੇ ਵਜ਼ੀਰ ਖਾਨ ਤੋਂ ਬਦਲਾ ਲਿਆ ਸੀ ਇਟ ਖੜਿੱਕਾ ਲਾਉਣਾ ਝਗੜਾ ਕਰਨਾ ਇਹ ਆਡਾ ਲਾਉਣਾ ਆਪਾਂ ਐੜਾ ਭਾਗ ਚ ਵੀ ਕੀਤਾ ਔਰ ਐੜਾ ਭਾਗ ਮੁਹਾਵਰੇ ਵਿੱਚ ਵੀ ਇੱਕ ਨਾ ਇੱਕ ਮੁਹਾਵਰਾ ਤੁਹਾਨੂੰ ਆਪਸ਼ਨ ਚ ਆਉਣਾ ਐੜਾ ਭਾਗ ਨੂੰ ਵੀ ਰਿਵਾਈਜ਼ ਕਰ ਲਓ ਕਿਉਂਕਿ ਮੈਂ ਆਲਰੇਡੀ 2 ਵਾਰੀ ਟੈਸਟ ਲੈ ਚੁੱਕੀ ਐੜਾ ਭਾਗ ਮੁਹਾਵਰੇ ਠੀਕ ਹੈ ਇੱਕ ਮੁਹਾਵਰਾ ਐੜਾ ਭਾਗ ਚ ਵੀ ਆ ਸਕਦਾ ਇੱਕ ਦਾ ਜਵਾਬ ਪੱਥਰ ਨਾਲ ਦੇਣਾ ਠੋਕ ਕੇ ਜਵਾਬ ਦੇਣਾ ਇਹ ਉਹ ਜ਼ਰੂਰੀ ਨਹੀਂ ਕਿ ਉਸੇ ਵੇਲੇ ਠੋਕ ਕੇ ਜਵਾਬ ਦੇਣਾ ਠੋਕ ਕੇ ਜਵਾਬ ਦੇਣਾ ਵੀ ਬਿਲਕੁਲ ਸਹੀ ਕਰਾਰਾ ਜਵਾਬ ਦੇਣਾ ਇੱਜ਼ਤ ਨੂੰ ਵੱਟਾ ਲਾਉਣਾ ਬਦਨਾਮੀ ਕਰਨੀ ਇੱਜ਼ਤ ਨੂੰ ਵੱਟਾ ਲਾਉਣਾ ਬਦਨਾਮੀ ਕਰਨੀ ਬਹੁਤ ਬਦਨਾਮੀ 1-1 ਤੇ 2-11 ਏਕਤਾ ਵਿੱਚ ਬਲ ਇੱਕ ਮਿਕ ਹੋਣਾ ਰਲ ਮਿਲ ਕੇ ਰਹਿਣਾ ਹੁਣ ਇੰਨੀ ਰਿਵੀਜ਼ਨ ਤੋਂ ਬਾਅਦ ਤੁਹਾਡਾ ਟੈਸਟ ਗਲਤ ਨਹੀਂ ਹੋਣਾ ਚਾਹੀਦਾ ਈਦ ਦਾ ਚੰਨ ਹੋਣਾ ਬਹੁਤ ਚਿਰਾਂ ਬਾਅਦ ਮਿਲਣਾ ਇੱਕ ਦੀਆਂ 4 ਸੁਣਾਉਣੀਆਂ ਕਿਸੇ ਦਾ ਲਿਹਾਜ਼ ਨਾ ਕਰਨਾ ਨੈਕਸਟ ਇੱਟ ਘੜੇ ਦਾ ਵੈ ਸੁਭਾਵਿਕ ਵੈ ਸੁਭਾਵਿਕ ਵੈ ਇੱਕ ਮੁੱਠ ਹੋਣਾ ਰਲ ਮਿਲ ਕੇ ਰਹਿਣਾ ਇੱਕ ਅੱਖ ਨਾਲ ਵੇਖਣਾ ਸਭ ਨੂੰ ਬਰਾਬਰ ਸਮਝਣਾ ਈਨ ਮੰਨਣੀ ਹਾਰ ਮੰਨਣੀ ਇੱਕੋ ਰਸੇ ਫਾਹੇ ਦੇਣਾ ਸਭ ਨਾਲ ਇੱਕੋ ਜਿਹਾ ਸਲੂਕ ਕਰਨਾ ਇੱਕ ਰੰਗ ਆਉਣਾ ਇੱਕ ਰੰਗ ਜਾਣਾ ਘਬਰਾ ਜਾਣਾ ਇੱਕੋ ਡੱਬੇ ਪਿੰਡ ਮੰਗਣਾ ਕਿਸੇ ਵੱਡੇ ਕੰਮ ਨੂੰ ਇੱਕੋ ਵਾਰੀ ਕਰਨ ਦੀ ਸੋਚਣੀ ਹੋ ਗਿਆ ਬੇਟੇ ਕਲੀਅਰ ਹੁਣ ਵਿਸਮਿਕ ਕੀ ਹੁੰਦੇ ਨੇ ਖੁਸ਼ੀ ਗਮੀ ਹੈਰਾਨੀ ਦੇ ਭਾਵ ਪ੍ਰਗਟ ਕਰਨ ਵਾਲੇ ਵਿਸਮਿਕ ਹੁੰਦੇ ਹਨ ਵਿਸਮਿਕ ਚਿੰਨ੍ਹ ਤੋਂ ਬਿਨਾਂ ਵਿਸਮਿਕ ਵਾਕ ਨਹੀਂ ਹੁੰਦਾ ਵਿਸਮਿਕ ਚਿੰਨ੍ਹ ਠੀਕ ਹੈ ਚਿੰਨ੍ਹ ਲੱਗਣਾ ਜ਼ਰੂਰੀ ਹੈ ਖੁਸ਼ੀ ਦੇ ਭਾਵ ਪ੍ਰਗਟ ਕਰਨੇ ਹੋਣ ਤਾਂ ਪ੍ਰਸ਼ੰਸਾ ਵਾਚਕ ਹੈ ਦੁੱਖ ਦੇ ਭਾਵ ਸ਼ੋਕ ਵਾਚਕ ਵਿਸਮਿਕ ਹੈਰਾਨੀ ਦੇ ਭਾਵ ਹੈਰਾਨੀ ਵਾਚਕ ਸਤਿਕਾਰ ਦੇ ਭਾਵ ਪ੍ਰਗਟ ਕਰਨ ਵਾਲੇ ਸਤਿਕਾਰ ਵਾਚਕ ਫਿਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਕਰਨ ਵਾਲੇ ਫਿਟਕਾਰ ਵਾਚਕ ਵਿਸਮਿਕ ਇੱਛਾ ਪ੍ਰਗਟ ਕਰਨ ਵਾਲੇ ਵਿਸਮਿਕ ਇੱਛਾ ਵਾਚਕ ਵਿਸਮਿਕ ਸੰਬੋਧਨ ਕਰਨ ਲਈ ਕਿਸੇ ਨੂੰ ਵਰਤੇ ਜਾਣ ਸੰਬੋਧਨੀ ਵਿਸਮਿਕ ਠੀਕ ਹੈ ਬੇਟੇ ਸੂਚਨਾ ਦੇਣ ਲਈ ਸੁਚੇਤ ਕਰਨ ਲਈ ਵਰਤੇ ਜਾਣ ਸੂਚਨਾ ਵਾਚਕ ਵਿਸਮਿਕ ਠੀਕ ਹੈ ਇਸ ਤਰ੍ਹਾਂ ਇਹ ਵਿਸਮਿਕ ਉਹ ਸ਼ਬਦ ਜੋ ਖੁਸ਼ੀ ਗਮੀ ਹੈਰਾਨੀ ਦੇ ਭਾਵ ਪ੍ਰਗਟ ਕਰਨ 9 ਕਿਸਮਾਂ ਦੇ ਵਿਸਮਿਕ ਹੁੰਦੇ ਨੇ ਜਿਹੜੇ ਕਿ ਅਲੱਗ ਅਲੱਗ ਭਾਵ ਪ੍ਰਗਟ ਕਰਦੇ ਹਨ ਡਨ ਬੇਟੇ ਹੁਣ ਆਪਾਂ ਗੱਲ ਕਰੀਏ ਲੇਖ ਇੱਕ ਚੁੱਪ 100 ਸੁੱਖ ਯੈਸ ਬੇਟੇ ਇੱਕ ਚੁੱਪ 100 ਸੁੱਖ ਇਹ ਗੁਰਬਾਣੀ ਦੀ ਤੁਕ ਨਹੀਂ ਹੈ ਇਹ ਅਖਾਰ ਹੈ ਪਹਿਲਾਂ ਆਪਾਂ ਗੁਰਬਾਣੀ ਦੀ ਤੁਕ ਵਾਲੇ 2 ਲੇਖ ਦੇਖੇ ਕਿਹੜੇ ਕਿਹੜੇ ਬੇਟੇ ਮਿੱਠਾ ਕਿਸ਼ਮੀ ਨਾਨਕਾ ਗੁਣ ਚੰਗਿਆਈਆਂ ਤਤ ਇਹ ਵੀ ਨਾਲ ਹੀ ਮਿਲਦਾ ਜੁਲਦਾ ਹੈ ਮਿਠਾਸ ਤੇ ਨਿਮਰਤਾ ਧਾਰਨ ਕਰਨਾ ਸਭ ਤੋਂ ਵੱਡਾ ਗੁਣ ਹੈ ਪਰ ਮਿਠਾਸ ਤੇ ਨਿਮਰਤਾ ਜਿਹਨੇ ਧਾਰਨ ਕਰ ਲਈ ਉਹ ਤਾਂ ਬੋਲੇਗਾ ਜਦੋਂ ਤਾਂ ਸੋਹਣਾ ਬੋਲੇਗਾ ਨਹੀਂ ਤਾਂ ਚੁੱਪ ਰਹੇਗਾ ਇਹ ਉਹਦੇ ਨਾਲ ਹੀ ਮਿਲਦਾ ਤੇ ਮਨ ਜਿੱਤੇ ਜਗਜੀਤ ਵੀ ਸੇਮ ਹੈ ਉਹ ਵੀ ਗੁਰੂ ਨਾਨਕ ਦੇਵ ਜੀ ਦੀ ਤੁਕ ਹੈ ਜਿਹਨੇ ਮਨ ਤੇ ਕਾਬੂ ਕਰ ਲਿਆ ਉਹਨੇ ਸੰਸਾਰ ਤੇ ਜਿੱਤ ਹਾਸਲ ਕਰ ਲਈ ਮਨ ਨੂੰ ਕਾਬੂ ਕਰਨਾ ਵੀ ਤ੍ਰਿਸ਼ਨਾਵਾਂ ਨੂੰ ਕਾਬੂ ਕਰਨਾ ਮੀਨਸ ਚੰਗਾ ਬੁਰਾ ਸੋਚਣਾ ਕਿਸੇ ਦਾ ਦਿਲ ਨਾ ਦੁਖਾਣਾ ਕਿਸੇ ਨੂੰ ਪੀਸ ਨਾ ਕਰਨਾ ਕਿਸੇ ਨੂੰ ਕੋੜੇ ਕੁਸੈਲੇ ਹੋਰ ਸ਼ਬਦ ਨਾ ਵਰਤਣੇ ਇਹ ਦੋਨੋਂ ਗੁਰਬਾਣੀ ਦੀਆਂ ਤੁਕਾਂ ਬਾਰੇ ਤੁਸੀਂ ਲੇਖ ਕੀਤੇ ਇਹ ਵੀ ਗੁਰਬਾਣੀ ਦੀ ਤੁਕ ਹੈ ਜਿਹੜਾ ਇਹਦੀ ਲੇਖ ਕਰਨਾ ਤਾਂ ਸੋਚ ਕੇ ਬੰਦਾ ਕਿ ਇਹ ਤਾਂ ਔਰਤ ਦੀ ਮਹਾਨਤਾ ਬਾਰੇ ਇਹ 4 ਲੇਖ ਤੁਹਾਡੇ PT3 ਦਾ ਸਿਲੇਬਸ ਹੈ 8 marks ਦਾ ਪੇਪਰ ਚ ਲੇਖ ਆਣਾ 4 ਲੇਖ ਹੈ ਤੇ 2 ਲੇਖ ਆਪਾਂ ਆਲਰੇਡੀ ਕੀਤੇ ਹੋਏ ਆ ਸਮੇਂ ਦੀ ਕਦਰ ਸਮਾਂ ਕਰਦਾ ਦੇ ਨਾਲ ਤੇ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਦੇ ਆਧਾਰ ਤੇ ਮਾਤ ਭਾਸ਼ਾ ਦੀ ਮਹਾਨ ਇਹ 6 ਲੇਖ ਤੁਹਾਡੇ ਸਿਲੇਬਸ ਨੇ PT3 ਇਹਦੇ ਇਹਨਾਂ ਨੂੰ ਅੱਛੀ ਤਰ੍ਹਾਂ ਪ੍ਰਪੇਅਰ ਕਰਨਾ ਹੈ ਹੁਣ ਇੰਟਰੋਡਕਸ਼ਨ ਕਰਾਂ ਤਾਂ ਪਹਿਲੇ ਪਾਠ ਕੋ
ਭੂਮਿਕਾ ਸੇਮ ਰਹਿਣੀ ਹੈ ਜੋ ਮੈਂ ਤੁਹਾਨੂੰ ਤੁਕਾਂ ਦੇ ਆਧਾਰ ਤੇ ਕਰਾਈ ਹੈ ਕਿ ਇਹ ਮਨੁੱਖ ਹੈ ਜਿਹੜਾ ਇਸ ਸੰਸਾਰ ਦਾ ਸਭ ਤੋਂ ਸ੍ਰੇਸ਼ਟ ਜੀਵ ਹੈ। ਅਨਮੋਲ ਦਾਤ ਹੈ ਪਰਮਾਤਮਾ ਦੀ, ਪਰ ਇਹ ਸੰਸਾਰ ਵਿੱਚ ਆ ਕੇ ਮੋਹ ਮਾਇਆ ਦੇ ਦੁਨਿਆਵੀ ਪਦਾਰਥਾਂ ਦੇ ਵਿੱਚ ਅਜਿਹਾ ਉਲਝ ਗਿਆ ਕਿ ਇਸ ਆਪਣੇ ਤੇ ਕਾਬੂ ਹੀ ਨਹੀਂ ਰਿਹਾ। ਇਸ ਨੂੰ ਆਪਣੇ ਆਪ ਵਿੱਚ ਹੰਕਾਰ ਹੋ ਗਿਆ ਹੈ, ਹੰਕਾਰ ਵਿੱਚ ਆ ਕੇ ਇਸ ਨੂੰ ਬੋਲਣ ਲੱਗਿਆ ਪਤਾ ਹੀ ਨਹੀਂ ਚੱਲਦਾ। ਇਸਨੇ ਆਪਣਾ ਸਿਰਫ ਆਪਣਾ ਸਵਾਰਥ ਸਿੱਧੀ ਬਾਰੇ ਹੀ ਸੋਚਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਇਸ ਆਪਣੇ ਮਨ ਤੇ ਕਾਬੂ ਨਾ ਰਿਹਾ। ਇਹਦੇ ਵਿੱਚ ਮਿਠਾਸ ਤੇ ਨਿਮਰਤਾ ਤੇ ਪੱਖ ਲਾ ਕੇ ਉੱਡ ਗਏ ਔਰ ਹਰ ਇੱਕ ਨਾਲ ਪੁਰਖਤ ਬੋਲਣਾ ਇਸਦੇ ਹਿੱਸੇ ਆ ਗਏ। ਜਦੋਂ ਇਨਸਾਨ ਕਿਹਦੇ ਚ ਉਲਝ ਜਾਂਦਾ ਹੈ, ਦੁਨਿਆਵੀ ਪਦਾਰਥਾਂ ਦੀ ਪੈਸੇ ਦੀ ਅੰਨੀ ਦੌੜ ਵਿੱਚ, ਫਿਰ ਪੈਸੇ ਦੀ ਅੰਨੀ ਦੌੜ ਚ ਜਦੋਂ ਇਨਸਾਨ ਉਲਝੇ, ਉਹ ਲੱਖਪਤੀ ਨਹੀਂ ਕਰੋੜਪਤੀ ਬਣਨਾ ਚਾਹੁੰਦਾ, ਉਸ ਦਾ ਆਪਣੇ ਬੋਲਾਂ ਤੇ ਕਾਬੂ ਹੀ ਨਹੀਂ ਰਹਿਣਾ। ਠੀਕ ਹੈ, ਤੇ ਜ਼ਿੰਦਗੀ ਦੀ ਸ਼ਾਹਰਾਹ ਤੇ ਚੱਲਦਿਆਂ, ਜ਼ਿੰਦਗੀ ਦੀ ਮੰਡੀ ਵਿੱਚ ਚੱਲਣ ਲਈ ਸਾਡੇ ਲਫ਼ਜ਼ ਸਾਡੀ ਜ਼ਿੰਦਗੀ ਦੀ ਉਮੀਦ ਦਾ ਮੋਚਾ ਨੇ। ਸਾਡੀ ਬੋਲੀ ਸਾਡੀ ਜ਼ਿੰਦਗੀ ਦੀ ਉਮੀਦ ਦਾ ਮੋਚਾ ਹੈ। ਸਾਡੀ ਜ਼ਿੰਦਗੀ ਦੀ ਉਮੀਦ ਦਾ ਕਿੱਥੋਂ ਪਤਾ ਲੱਗਦਾ? ਸਾਡੀ ਸਖੀਅਤ ਦਾ, ਚੰਗੀ ਸਖੀਅਤ ਦਾ ਸਾਡੇ ਕਿੱਥੋਂ ਪਤਾ ਚੱਲਣਾ? ਸਾਡੇ ਬੋਲਾਂ ਤੋਂ। ਠੀਕ ਹੈ, ਜਿਹੜੀ ਸਾਡੀ ਬੋਲ ਬਾਣੀ ਹੈ ਸਾਡੀ ਸਖੀਅਤ ਨੂੰ ਨਿਖਾਰਦੀ ਹੈ। ਇਹ ਇੰਟਰੋਡਕਸ਼ਨ ਪੈਰਾ ਲਿਖਣਾ ਬੱਚੇ, ਬੋਲ ਬਾਣੀ, ਸਾਡੀ ਬੋਲੀ, ਸਾਡੇ ਲਫ਼ਜ਼ ਸਾਡੀ ਸਖੀਅਤ ਨੂੰ ਨਿਖਾਰਦੇ ਨੇ, ਸੁੰਦਰ ਬਣਾਉਂਦੇ ਨੇ। ਸਖੀਅਤ ਇਨਸਾਨ ਦੀ ਗੁਣਾਂ ਨਾਲ ਬਣਦੀ ਹੈ। ਇਹ ਤੁਸੀਂ ਇੱਕ ਟਾਈਟਲ ਦੇਣਾ, ਸੋਹਣਾ ਉਹ ਜੋ ਸੋਹਣਾ ਬੋਲੇ, ਸੋਹਣੇ ਕੰਮ ਕਰੇ। ਇਹ ਟਾਈਟਲ ਸੋਹਣਾ ਉਹ ਹੈ ਜੋ ਸੋਹਣਾ ਬੋਲੇ, ਸੋਹਣੇ ਕੰਮ ਕਰੇ। ਇਨਸਾਨ ਆਪਣੀ ਬੋਲ ਬਾਣੀ ਤੋਂ ਹੀ ਪਹਿਚਾਣਿਆ ਜਾਂਦਾ ਹੈ। ਹਰ ਇੱਕ ਇਨਸਾਨ ਆਪਣੀ ਬੋਲ ਬਾਣੀ ਤੋਂ ਪਹਿਚਾਣਿਆ ਜਾਂਦਾ ਹੈ। ਤੇ ਬੋਲਾਂ ਨੂੰ ਕਿਵੇਂ ਆਪਾਂ ਬਚਪਨ ਵਿੱਚ ਹੀ ਬੋਲੀ ਦਾ ਖਜ਼ਾਨਾ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਨੇ। ਕਹਿੰਦੇ ਬਚਪਨ ਅਜਿਹੀ ਥਾਂ ਹੈ ਨਾ, ਮੋਹਰਾਂ ਦੀ ਥਾਂ ਹੈ। ਬਚਪਨ ਉਹ ਥਾਂ ਹੈ ਜਿੱਥੇ ਬੱਚਾ ਆਲੇ ਦੁਆਲੇ ਚੁਗਿਰਦੇ ਤੋਂ ਬੋਲੀ ਦਾ ਖਜ਼ਾਨਾ ਜੋੜਨਾ ਸ਼ੁਰੂ ਕਰ ਦਿੰਦਾ ਹੈ। ਕਿ ਜਿਹੜੇ ਲਫ਼ਜ਼, ਜਿਹੜੇ ਸ਼ਬਦ ਮਨ ਤੇ ਬਚਪਨ ਵਿੱਚ ਉੱਪਰ ਜਾਂਦੇ ਨੇ, ਉਹ ਜ਼ਿੰਦਗੀ ਚ ਕਦੇ ਨਹੀਂ ਭੁੱਲਦੇ। ਉਹਨਾਂ ਨਾਲ ਉਹ ਜ਼ਿੰਦਗੀ ਵਿੱਚ ਵਿਚਰਦਾ ਹੈ। ਇਸ ਕਰਕੇ ਆਪਣੀ ਬੋਲਾਂ ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ। ਤਾਂ ਹੀ ਤਾਂ ਸਿਆਣਿਆਂ ਨੇ ਕਿਹਾ, ਥਿੰਕ ਬਿਫੋਰ ਯੂ ਸਪੀਕ, ਇਹ ਪ੍ਰਵਰਬ ਹੈ। ਪਹਿਲਾਂ ਤੋਲੋ ਫਿਰ ਬੋਲੋ। ਇਹ ਹੁਣ ਇੱਕ ਲਿਖਣਾ, ਪਹਿਲਾਂ ਤੋਲੋ ਫਿਰ ਬੋਲੋ। ਠੀਕ ਹੈ ਬੇਟੇ, ਇੰਟਰੋਡਕਸ਼ਨ ਪੈਰਾ ਸਭ ਨੂੰ ਕਲੀਅਰ ਹੋ ਗਿਆ। ਹੁਣ ਆਪਾਂ ਇਸ ਅਖਾਣ ਦਾ, ਕੀ ਅਖਾਣ ਹੈ? ਗੁਰਬਾਣੀ ਦੀ ਤੁਕ ਨਹੀਂ ਹੈ, ਪਰ ਆਪਾਂ ਗੁਰਬਾਣੀ ਦੇ ਹਵਾਲੇ ਦੇਣੇ ਆ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕੀ ਦੱਸਿਆ। ਗੁਰੂਆਂ ਦੇ ਵਿਚਾਰ ਸਾਨੂੰ ਕੀ ਦੱਸੇ ਨੇ ਕਿ ਨਿਮਰਤਾ ਨੂੰ ਭਾਵ ਲੱਗਦੇ ਨੇ, ਜਿਹੜੇ ਸਹਿ ਸੁਭਾਈ ਜ਼ਿੰਦਗੀ ਚ ਵਿਚਰਦੇ ਨੇ, ਜਿਹੜੇ ਕਿ ਕਿਸੇ ਨਾਲ ਬਹਿਸ ਨਹੀਂ ਕਰਦੇ, ਜਿਹੜੇ ਵੱਡਿਆਂ ਦਾ ਆਦਰ ਸਤਿਕਾਰ ਨਾਲ ਬੋਲਦੇ ਨੇ, ਵੱਡਿਆਂ ਨਾਲ ਉਹਨਾਂ ਦੀ ਕਦਰ ਕਰਦੀ ਹੈ। ਉਹ ਲੋਕ ਬੜੇ ਬੇਭਾਗੇ ਹੁੰਦੇ ਹਨ, ਬੜੇ ਬਦਕਿਸਮਤ ਹੁੰਦੇ ਨੇ, ਜਿਹੜੇ ਕਿ ਜ਼ਿੰਦਗੀ ਵਿੱਚ ਆਪਣੀ ਬੋਲ ਬਾਣੀ ਤੇ ਕੰਟਰੋਲ ਨਹੀਂ ਰੱਖਦੇ, ਬੋਲ ਬਾਣੀ ਤੇ ਕਾਬੂ ਨਹੀਂ ਰੱਖਦੇ। ਦੂਜੀਆਂ ਭਾਸ਼ਾਵਾਂ ਦੇ ਮਗਰ ਲਾ ਕੇ, ਦੂਜੇ ਕਲਚਰ ਨੂੰ ਅਪਣਾ ਕੇ, ਪੱਛਮੀ ਕਲਚਰ ਨੂੰ ਅਪਣਾ ਕੇ ਆਪਣਾ ਪੰਜਾਬੀ ਕਲਚਰ, ਆਪਣੀ ਬੋਲ ਬਾਣੀ ਭੁੱਲ ਜਾਂਦੇ ਨੇ, ਆਪਣਾ ਸਲੀਕਾ ਭੁੱਲ ਜਾਂਦੇ ਨੇ। ਉਹ ਜ਼ਿੰਦਗੀ ਵਿੱਚ ਸਭ ਤੋਂ ਵੱਡੇ ਕੰਗਾਲ ਲੋਕ ਹੋ ਜਾਂਦੇ ਨੇ। ਕਲੀਅਰ ਹੈ? ਅਖਾਣ ਸਾਡੇ ਬਜ਼ੁਰਗਾਂ ਨੇ, ਇਹ ਅਖਾਣ ਬਜ਼ੁਰਗਾਂ ਤੋਂ ਪੀੜ੍ਹੀ ਦਰ ਪੀੜ੍ਹੀ ਸਿਆਣਿਆਂ ਦੀਆਂ ਗੱਲਾਂ ਹੋਈਆਂ, ਜਿਨ੍ਹਾਂ ਵਿੱਚ ਤਰਕ ਹੈ। ਇੱਕ ਚੁੱਪ ਸੌ ਸੁੱਖ। ਤਰਕ ਕੀ ਹੈ? ਕਿ ਜੀਵਨ ਦੇ ਵਿੱਚੋਂ ਨਿਕਲੇ ਸੱਚੇ ਸੁੱਚੇ ਕਥਨ ਹੀ ਸਾਡੀ ਜ਼ਿੰਦਗੀ ਨੂੰ ਸੋਹਣਾ ਬਣਾਉਂਦੇ ਨੇ, ਸਾਨੂੰ ਜੀਵਨ ਦੀਆਂ ਸੱਚਾਈਆਂ ਤੋਂ ਜਾਣੂ ਕਰਾਉਂਦੇ ਹਨ। ਇੱਕ ਚੁੱਪ ਸੌ ਸੁੱਖ ਵੀ ਇਹੀ ਹੈ ਕਿ ਚੁੱਪ ਰਹਿਣ ਦੇ ਨਾਲ ਮਨੁੱਖ ਨੂੰ ਸਿਹਤ ਦਾ ਕੋਈ ਰੋਗ ਨਹੀਂ ਲੱਗਦਾ, ਤੇ ਸਾਰੇ ਅਣਗਿਣਤ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਤੇ ਸਾਰੇ ਕਾਰਜ ਸਹਿਜ ਸੁਭਾਅ ਹੀ ਮੁਕੰਮਲ ਹੁੰਦੇ ਹਨ, ਨੇਪਰੇ ਚੜ੍ਹਦੇ ਹਨ। ਕਲੀਅਰ ਹੈ ਬੇਟੇ? ਨੈਕਸਟ ਪੁਆਇੰਟ, ਬਹੁਤਾ ਬੋਲਣ ਦੇ ਨੁਕਸਾਨ। ਪਹਿਲਾਂ ਭੂਮਿਕਾ, ਫਿਰ ਅਖਾਣ ਦਾ ਅਰਥ। ਅਖਾਣ ਦਾ ਅਰਥ,
ਵਿੱਚ ਵੀ ਇਹ ਲੇਖ ਹੋਏਗਾ ਪੇਜ ਨੰਬਰ ਦੇਖਣਾ ਮਹਾਨ ਦਾ ਅਰ ਨੈਟ ਤੇ ਬੋਤਾ ਬੋਲਣ ਦੇ ਨੁਕਸਾਨ ਜਾਂ ਜ਼ਿਆਦਾ ਟਾਈਟਲ ਬਣਾ ਲਈ ਹੈ ਬੋਤਾ ਬੋਲਣ ਦੇ ਨੁਕਸਾਨ ਬੋਤਾ ਬੋਲਣ ਦੇ ਨੁਕਸਾਨ ਨੈਕਸਟ ਮਹਾਂਪੁਰਖਾਂ ਦਾ ਜੀਵਨ ਮਹਾਂਪੁਰਖਾਂ ਤੋਂ ਸਾਨੂੰ ਕੀ ਮਿਲੇ ਮਹਾਂਪੁਰਖਾਂ ਦੇ ਕਥਨ ਚੁੱਪ ਰਹਿਣ ਦੇ ਨਾਲ ਚੁੱਪ ਰਹਿਣ ਦੇ ਨਾਲ ਪਹਿਲੇ ਪੁਆਇੰਟ ਸੀ ਨੋਟ ਕਰ ਲਓ ਫਿਰ ਉਹਨੂੰ ਸਕਿਪ ਕਰਦੇ ਹਾਂ ਬੇਟੇ ਆਪਾਂ ਚੁੱਪ ਰਹਿਣ ਦੇ ਲਾਭ ਜਾਂ ਘੱਟ ਬੋਲਣ ਦੇ ਲਾਭ ਠੀਕ ਹੈ ਨੈਕਸਟ ਨੈਕਸਟ ਹੈ ਬੇਟੇ ਪਹਿਲਾਂ ਬੋਲੋ ਫਿਰ ਬੋਲੋ ਟਾਈਟਲ ਦੇ ਲਓ ਬੋਲਣ ਦੇ ਨੁਕਤੇ ਕੀ ਨੇ ਚੁੱਪ ਬੋਲਣ ਦੇ ਚੁੱਪ ਰਹਿਣ ਦੇ ਨੁਕਤੇ ਨਾਲ ਟਾਈਟਲ ਦਿਓ ਚੁੱਪ ਰਹਿਣ ਦੇ ਨੁਕਤੇ ਪਹਿਲਾਂ ਬੋਲੋ ਫਿਰ ਬੋਲੋ ਨਾਲ ਟਾਈਟਲ ਕੀ ਲਵਾਂਗੇ ਬੇਟੇ ਚੁੱਪ ਰਹਿਣ ਦੇ ਨੁਕਤੇ ਜ਼ਿੰਦਗੀ ਵਿੱਚ ਕਿਹੜੇ ਚੁੱਪ ਰਹਿਣ ਦੇ ਨੁਕਤੇ ਤੁਸੀਂ ਅਪਣਾਉਣੇ ਹਨ ਠੀਕ ਹੈ ਬੱਚੇ ਨੈਕਸਟ ਹੈ ਨੈਕਸਟ ਹੈ ਚੁੱਪ ਰਹਿਣਾ ਸੁਨਹਿਰੀ ਹੈ ਬੋਲਣਾ ਦੁਪਹਿਰੀ ਹੈ ਜ਼ਿਆਦਾ ਬੋਲਣਾ ਨੁਕਸਾਨਦਾਇਕ ਹੈ ਚੁੱਪ ਰਹਿਣਾ ਸੁਨਹਿਰੀ ਹੈ ਬੋਲੋ ਤਾਂ ਸੋਹਣਾ ਬੋਲੋ ਠੀਕ ਹੈ ਕਲੀਅਰ ਜਦ ਫਿਰ ਹੈ ਸਾਰਾਂ ਲਾਸਟ ਵਨ ਇਜ਼ ਸਾਰਾਂ ਚੁੱਪ ਰਹਿਣਾ ਜ਼ਿੰਦਗੀ ਦੀ ਖੁਸ਼ਹਾਲੀ ਲਾਸਟ ਚੁੱਪ ਰਹਿਣਾ ਜ਼ਿੰਦਗੀ ਦੀ ਖੁਸ਼ਹਾਲੀ ਹੈ ਪ੍ਰਤੀਕਸ਼ਾ ਇਸ ਬਟੇ ਚੁੱਪ ਮੈਮ ਇਹ ਵਾਲਾ ਮੈਮ ਇਸਕੇ ਪੁਆਇੰਟਸ ਫਿਰ ਸੇ ਰਿਪੀਟ ਕਰ ਦੋ ਹਾਂ ਬੱਚੇ ਮੈਂ ਨਾਲ ਨਾਲ ਰਿਪੀਟ ਕਰਨ ਲੱਗੀ ਆ ਬਟੇ ਯੈਸ ਫਸਟ ਹੈ ਇੰਟਰੋਡਕਸ਼ਨ ਪੈਰਾ ਉਹ ਜਨਰਲ ਜਿਹਨੇ ਤੁਸੀਂ ਬਾਕੀ ਕੀਤਾ ਸੀ ਉਹ ਤੁਹਾਨੂੰ ਇੰਟਰੋਡਕਸ਼ਨ ਪੈਰਾ ਸਭ ਨੂੰ ਕਲੀਅਰ ਹੋ ਗਿਆ ਕਿ ਇਨਸਾਨ ਆਪਣੀ ਬੋਲੀ ਤੋਂ ਪਛਾਣਿਆ ਜਾਂਦਾ ਹੈ ਇਨਸਾਨ ਦੀ ਸੱਚਿਅਤ ਨੂੰ ਬੋਲਬਾਣੀ ਵੀ ਕਰਦੀ ਹੈ ਮਨੁੱਖ ਇਸ ਸ੍ਰਿਸ਼ਟੀ ਦਾ ਸ੍ਰੇਸ਼ਟ ਜੀਵ ਹੈ ਜਿਸ ਇਨਸਾਨ ਦਾ ਆਪਣੇ ਬੋਲਣ ਤੇ ਕਾਬੂ ਨਹੀਂ ਹੈ ਉਹਦੀ ਜ਼ਿੰਦਗੀ ਜਿਹੜੀ ਹੈ ਕੰਗਾਲ ਹੈ ਉਹਦੀ ਜ਼ਿੰਦਗੀ ਖੁਸ਼ਹਾਲੀ ਨਹੀਂ ਹੈ ਤਰੱਕੀ ਨਹੀਂ ਹੈ ਉਸ ਤੋਂ ਬਾਅਦ ਹੈ ਅਖਾਣ ਦਾ ਅਰਥ ਅਖਾਣ ਸਾਡੇ ਬਜ਼ੁਰਗਾਂ ਦੀ ਕਹੀ ਹੋਈ ਕਹਾਵਤ ਹੈ ਜਿਸ ਦੇ ਵਿੱਚ ਜ਼ਿੰਦਗੀ ਦੀਆਂ ਸੱਚਾਈਆਂ ਛੁਪੀਆਂ ਹੋਈਆਂ ਨੇ ਕਿ ਇੱਕ ਚੁੱਪ ਸੌ ਸੁੱਖ ਵੀ ਕੀ ਹੈ ਬੇਟੇ ਇੱਕ ਚੁੱਪ ਰਹਿਣ ਵਾਲੇ ਇਨਸਾਨ ਨੂੰ ਜਿੱਥੇ ਸਰੀਰਕ ਤੌਰ ਤੇ ਕੋਈ ਰੋਗ ਨਹੀਂ ਲੱਗਦਾ ਉੱਥੇ ਮਾਨਸਿਕ ਤੌਰ ਤੇ ਉਸਦਾ ਮਨ ਤਾਜ਼ਾ ਤਰੋ ਤਾਜ਼ਾ ਰਹਿੰਦਾ ਹੈ ਤੇ ਉਸਨੂੰ ਅਣਗਿਣਤ ਸੁੱਖਾਂ ਦੀ ਪ੍ਰਾਪਤੀ ਰਹਿੰਦੀ ਹੈ ਔਰ ਉਹ ਜ਼ਿੰਦਗੀ ਵਿੱਚ ਲੜਾਈ ਝਗੜਿਆਂ ਤੋਂ ਬਚਿਆ ਰਹਿੰਦਾ ਉਹਨੂੰ ਸੁੱਖ ਸ਼ਾਂਤੀ ਪ੍ਰਾਪਤ ਹੁੰਦੀ ਹੈ ਕਲੀਅਰ ਹੈ ਬੱਚੇ ਹੁਣ ਨੈਕਸਟ ਪੁਆਇੰਟ ਹੈ ਜ਼ਿਆਦਾ ਬੋਲਣ ਦੇ ਨੁਕਸਾਨ ਇਹ ਤਾਂ ਤੁਹਾਨੂੰ ਵੀ ਪਤਾ ਜ਼ਿਆਦਾ ਬੋਲਣ ਦੇ ਕੀ ਨੁਕਸਾਨ ਹੈ ਵਿਦਿਆਰਥੀ ਜੀਵਨ ਵਿੱਚ ਜ਼ਿਆਦਾ ਬੋਲਣ ਦਾ ਨੁਕਸਾਨ ਹੈ ਕਿ ਅਸੀਂ ਜਿਸ ਕੰਮ ਨੂੰ ਵਿਚਰ ਰਹੇ ਹਾਂ ਕੰਮ ਕਰਨ ਲਈ ਵਿਚਰ ਰਹੇ ਹਾਂ ਉਸ ਕੰਮ ਤੇ ਸਾਡਾ ਧਿਆਨ ਕੇਂਦਰਿਤ ਨਹੀਂ ਹੈ ਵਿਦਿਆਰਥੀ ਜੀਵਨ ਵਿੱਚ ਬੱਚੇ ਜਿਹੜੇ ਜਮਾਤ ਵਿੱਚ ਬੈਠ ਕੇ ਜ਼ਿਆਦਾ ਬੋਲਦੇ ਨੇ ਉਹਨਾਂ ਦਾ ਪੜ੍ਹਾਈ ਵੱਲੋਂ ਧਿਆਨ ਹਟ ਜਾਂਦਾ ਤੇ ਇੱਧਰ ਉੱਧਰ ਦੀਆਂ ਗੱਲਾਂ ਵਿੱਚ ਉਹ ਆਪਣਾ ਸਮਾਂ ਬਰਬਾਦ ਕਰਦੇ ਨੇ ਤੇ ਕਈ ਵਾਰ ਜ਼ਿਆਦਾ ਬੋਲਣ ਦਾ ਜਿਹੜਾ ਵੱਡਾ ਨੁਕਸਾਨ ਹੁੰਦਾ ਹੈ ਲੜਾਈ ਝਗੜੇ ਦੀ ਨੌਬਤ ਆ ਜਾਂਦੀ ਹੈ ਇਹ ਆਮ ਜ਼ਿੰਦਗੀ ਵਿੱਚ ਜ਼ਿਆਦਾ ਬੋਲਣ ਦੇ ਨਾਲ ਕੰਮ ਵਿਗੜਦਾ ਹੈ ਕੰਮ ਸਬਰਦਾ ਨਹੀਂ ਲੜਾਈ ਝਗੜੇ ਦੀ ਨਿਸ਼ਾਨੀ ਹੈ ਘਰ ਵਿੱਚ ਜਿਹੜਾ ਇਨਸਾਨ ਜ਼ਿਆਦਾ ਬੋਲਦਾ ਹੈ ਉਹ ਦੁੱਖਾਂ ਕਲੇਸ਼ਾਂ ਵਿੱਚ ਘਿਰਿਆ ਰਹਿੰਦਾ ਜੇਕਰ ਘਰ ਦੇ ਵਿੱਚ ਆਪਾਂ ਇੱਕ ਐਗਜ਼ਾਮਪਲ ਦੇਈਏ ਕਿ ਜੇ ਸੱਸ ਜ਼ਿਆਦਾ ਬੋਲਣ ਵਾਲੀ ਹੈ ਨੂੰਹ ਅੱਗੋਂ ਜੇ ਜ਼ਿਆਦਾ ਨਹੀਂ ਬੋਲਦੀ ਤਾਂ ਘਰ ਵਿੱਚ ਸ਼ਾਂਤੀ ਹੈ ਤੇ ਜੇ ਸੱਸ ਬੋਲਦੀ ਹੈ ਤੇ ਅੱਗੋਂ ਨੂੰਹ ਵੀ ਅੱਗੋਂ ਕਰਾਰਾ ਜਵਾਬ ਦੇ ਜਿਹਨੂੰ ਮੁਹਾਵਰਾ ਆਪਾਂ ਕੀਤਾ ਇੱਕ ਤਾਂ ਜਵਾਬ ਪੱਥਰ ਨਾਲ ਦੇਣਾ ਕਰਾਰਾ ਜਵਾਬ ਦੇ ਤਾਂ ਦਿਮਾਗ ਦੋਨਾਂ ਦੇ ਖਰਾਬ ਹੋਣੇ ਤੇ ਘਰ ਵਿੱਚੋਂ ਲੜਾਈ ਝਗੜਾਈ ਜਾਣਾ ਸੁੱਖ ਸ਼ਾਂਤੀ ਨਹੀਂ ਰਹੇਗੀ ਤੇ ਸੱਸ ਦੇ ਮਨ ਵਿੱਚ ਨੂੰਹ ਲਈ ਪਿਆਰ ਨਹੀਂ ਬਣੇਗਾ ਤੇ ਨੂੰਹ ਦੇ ਮਨ ਵਿੱਚ ਸੱਸ ਦੀ ਕੋਈ ਇੱਜ਼ਤ ਨਹੀਂ ਰਹੇਗੀ ਜੇਕਰ ਘਰ ਵਿੱਚ ਵੱਡੇ ਜ਼ਿਆਦਾ ਬੋਲਣ ਵਾਲੇ ਨੇ ਤਾਂ ਜਿਹੜੇ ਬੱਚੇ ਨੇ ਉਹਨਾਂ ਦੇ ਮਨ ਵਿੱਚ ਵੱਡਿਆਂ ਦੀ ਕੋਈ ਇੱਜ਼ਤ ਨਹੀਂ ਰਹਿੰਦੇ ਇਹ ਨੁਕਸਾਨ ਨੇ ਕਿਉਂਕਿ ਨੁਕਤਾ ਚਿੰਨੀ ਵੀ ਜ਼ਿਆਦਾ ਬੋਲਣ ਦਾ ਮਤਲਬ ਹੁੰਦਾ ਨੁਕਤਾ ਚਿੰਨੀ ਕਰਨੀ ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ ਆਪਣੇ ਆਪ ਨੂੰ ਸਿਆਣੇ ਸਮਝਣਾ ਜ਼ਿਆਦਾ ਬੋਲਣ ਵਾਲਾ ਇਨਸਾਨ ਆਪਣੇ ਆਪ ਨੂੰ ਸਿਆਣਾ ਸਮਝਦਾ ਕਿ ਮੇਰੇ ਤੋਂ ਸਿਆਣਾ ਕੋਈ ਨਹੀਂ ਉਹ ਆਪਣੇ ਆਪ ਤੋਂ ਓਵਰ ਕੌਨਫੀਡੈਂਟ ਨਹੀਂ ਹੁੰਦਾ ਵਿਦਿਆਰਥੀ ਜੀਵਨ 'ਚ ਦੇਖ ਲਓ ਜਿਹੜੇ ਬੱਚੇ ਜਮਾਤ ਵਿੱਚ ਜ਼ਿਆਦਾ ਬੋਲਦੇ ਨੇ ਉਹ ਆਪਣੇ ਆਪ ਨੂੰ ਸਮਝਦੇ ਅਸੀਂ ਸਭ ਤੋਂ ਸਿਆਣੇ ਠੀਕ ਹੈ ਨਾ
ना तो वड्डियां दी गल नूं समझे कुछ ना अपने साथियों की ना क्लासमेट की ना फिर वो उन्होंने सुभाव इदां दा बन जांदा और उन्होंने सुभाव विच परखपन आ जांदा गुस्सा चिड़चिड़ापन वो निक्की निक्की गल ते गुस्सा करदे ने निक्की निक्की गल ते हुण फिर ਜਿਹੜੇ ਇਹਦਾ ਨੁਕਸਾਨ ਸਭ ਤੋਂ ਵੱਡਾ ਹੁੰਦਾ ਕਿ ਉਹਨਾਂ ਨੂੰ ਕੋਈ ਉਹਨਾਂ ਦਾ ਸਾਥ ਨਹੀਂ ਦਿੰਦਾ ਕੋਈ ਉਹਨਾਂ ਦੀ ਗੱਲ ਵਿੱਚ ਦਖਲ ਅੰਦਾਜ਼ ਨਹੀਂ ਕਰੇਗਾ ਜੇ ਉਸ ਤੋਂ ਕਦੇ ਵੀ ਕੋਈ ਔਖਾ ਸਮਾਂ ਆ ਜਾਏ ਤਾਂ ਕੋਈ ਉਸਦਾ ਸਾਥ ਨਹੀਂ ਦੇਗਾ ਲੜਾਈ ਝਗੜੇ ਦਾ ਕਾਰਨ ਹੀ ਸਭ ਤੋਂ ਵੱਡਾ ਜ਼ਿਆਦਾ ਬੋਲਣਾ ਹੈ ਜ਼ਿਆਦਾ ਬੜਬੜ ਨਹੀਂ ਕਰਨੀ ਚਾਹੀਦੀ ਜਿਹੜੀ ਕਿ ਬਜ਼ੁਰਗ ਔਰਤਾਂ ਦੀ ਆਦਤ ਹੁੰਦੀ ਹੈ ਉਹ ਜ਼ਿਆਦਾ ਬੜਬੜ ਕਰਦੀਆਂ ਨੇ ਬੜਬੜ ਕਰਦਿਆਂ ਲੜਾਈ ਝਗੜਾ ਹੋਣਾ ਕੁਦਰਤੀ ਹੋ ਜਾਂਦਾ ਹੈ ਠੀਕ ਹੈ ਬੱਚੇ Next है महापुरखा दे कथन महापुरख सर जी जे असी गुरबाणी नूं पढ़ीए ना गुरबाणी नूं विचारीए तां साडे गुरु साहिबान ने भी सानूं बहुता बोलण तों मना कीता कि बहुता बोलण वाले व्यक्ति नूं नजरअंदाज कीता जाए बड़े विकारा श्लोक है बोलत बोलत बड़े विकारा बड़े बड़े जो विकार होंगे ने इंसान जेड़े के ज्यादा बोलते हैं फिर एक गुरबाणी भाई गुरदास महापुरखां दा भी यही कथन है जे असीं महापुरखां दे जीवन वाल झाकी मारीए तां फरीद जी दे श्लोक भी कहिंदे फरीदा बुरे दा भला कर गुस्सा मन ना डाए देही रोड़ ना लगे पल्ले सब कुछ पाए फरीद जी ने भी कहा कि मिठा बोलो सोहणा बोलो थोड़ा बोलो जिन्नी जरूरत है उन्ना ही बोलो कहिण दा भाव है जिथे ज्यादा बोल बुलारा होएगा उथे शांति भंग हो जाएगी हाँ तुसी जिंदगी च बोलना है किसी स्टेज पे आके बोलो जिस विच की जीवन जांच दे नुक्ते दसे जान जेकर कोई माड़े शब्द बोल रहा कोई सहले शब्द बोल रहा गाला कढ़ रहा अब्यूजिंग लैंग्वेज यूज कर रहा उत्थे चुप रहना ही भली है अगला अपने आप ही चुप कर जाएगा जेकर तुसी उसे बोलना वाल रुझान नहीं दोगे ध्यान नहीं दोगे तो बोलने वाला अपने आप चुप कर जाएगा ਤੇ ਦੇਖਣ ਵਾਲੇ ਵੀ ਉਸਨੂੰ ਕੀ ਸਮਝਣਗੇ ਮੂਰਖ ਹੈ ਜਿਹੜਾ ਇਕੱਲਾ ਹੀ ਬੋਲੀ ਜਾ ਰਿਹਾ ਹੈ ਇਸ ਤਰ੍ਹਾਂ ਆਪਣੀ ਉਹ ਆਪਣੇ ਆਪ ਵਿੱਚ ਹੀ ਸ਼ਰਮਿੰਦਗੀ ਮਹਿਸੂਸ ਕਰੇਗਾ ਆਪਣੀ ਹੇਠੀ ਮਹਿਸੂਸ ਕਰੇਗਾ ਕਲੀਅਰ ਹੈ ਬੇਟੇ ਚੁੱਪ ਕਰ ਜਾਵੇਗਾ ਤੇ ਉੱਥੇ ਚਲੇ ਜਾਵੇਗਾ ਬੋਲਣ ਵਾਲੇ ਨੂੰ ਤੁਸੀਂ ਨਜ਼ਰ ਅੰਦਾਜ਼ ਕਰੋ ਉਹਦੇ ਨਾਲ ਬਹਿਸ ਨਾ ਕਰੋ ਕਿਉਂਕਿ ਭਾਈ ਗੁਰਦਾਸ ਜੀ ਨੇ ਵੀ ਕਿਹਾ ਮੂਰਖ ਨਾਲੋਂ ਚੁੱਪ ਚੰਗੇਰੀ ਫਿਰ ਇਹ ਲਾਈਨ ਲਿਖਣੀ ਮੂਰਖ ਨਾਲ ਤਾਂ ਬੋਲਣਾ ਝੱਥ ਮਾਰਨ ਦੇ ਬਰਾਬਰ ਹੈ ਸਿਰ ਖਪਾਈ ਕਰਨ ਦੇ ਬਰਾਬਰ ਹੈ ਜੇ ਤੁਸੀਂ ਕਿਸੇ ਮਾੜੇ ਵਿਅਕਤੀ ਨਾਲ ਬੋਲ ਰਹੇ ਹੋ ਇਹਦੇ ਨਾਲੋਂ ਮੂਰਖ ਨਾਲ ਮੱਥਾ ਲਾਉਣ ਨਾਲੋਂ ਤਾਂ ਚੁੱਪ ਰਹਿਣਾ ਹੀ ਚੰਗਾ ਹੈ ਹੁਣ ਅੱਗੇ ਹੈ ਚੁੱਪ ਰਹਿਣ ਦੇ ਨੁਕਤੇ ਜਾਂ ਹੈ ਪਹਿਲਾਂ ਬੋਲੋ ਫਿਰ ਬੋਲੋ ਸਿਆਣੇ ਨੇ ਐਵੇਂ ਇਹ ਕਥਨ ਹੀ ਕਸਵੱਟੀ ਤੇ ਤੋਲਿਆ ਕਿ ਪਹਿਲਾਂ ਬੋਲੋ ਫਿਰ ਬੋਲੋ ਕਿਤਾ ਝਗੜੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਲੜਾਈ ਝਗੜੇ ਦੀ ਨੋਬਤ ਨਹੀਂ ਆਏਗੀ ਜੇਕਰ ਪਹਿਲਾਂ ਆਪਾਂ ਸੋਚ ਸਮਝ ਕੇ ਬੋਲਾਂਗੇ ਜ਼ਿਆਦਾ ਬੋਲਣ ਵਾਲਾ ਤਾਂ ਬਿਨਾਂ ਸੋਚੇ ਸਮਝੇ ਬੋਲਦਾ ਉਹਨੂੰ ਅੱਗੇ ਪਿੱਛੇ ਦਾ ਪਤਾ ਹੀ ਨਹੀਂ ਚੱਲਦਾ ਉਸਦੇ ਬੋਲ ਬੇਲੋੜੇ ਹੁੰਦੇ ਨੇ ਨਿਰਾਰਥਕ ਹੁੰਦੇ ਨੇ ਕੋਈ ਅਸੰਗਤ ਵਾਲੇ ਹੁੰਦੇ ਨੇ ਅਜੇ ਵਿਅਕਤੀ ਦਾ ਕੋਈ ਸੰਗ ਹੀ ਨਹੀਂ ਕਰੇਗਾ ਹਮੇਸ਼ਾ ਗੱਲਬਾਤ ਨੂੰ ਹਰ ਇੱਕ ਗੱਲਬਾਤ ਨੂੰ ਧਿਆਨ ਨਾਲ ਸੋਚੋ ਸਮਝੋ ਤੇ ਜਿੱਥੇ ਉਸਦਾ ਮੌਕਾ ਹੈ ਉੱਥੇ ਹੀ ਬੋਲੋ ਕਲੀਅਰ ਹੈ ਬੇਟੇ ਇਹਦੇ ਤੇ ਕੁਟੇਸ਼ਨ ਲਿਖਣੀ ਹੈ ਸੰਤ ਮਿਲੇ ਕੁਛ ਸੁਣੀਏ ਕਹੀਏ ਮਿਲੇ ਅਸਤ ਮਸ਼ਟ ਹੋ ਰਹੀ ਹੈ ਸੰਤ ਮਿਲੇ ਕੁਛ ਕਹੀਏ ਸੁਣੀਏ ਸੰਤ ਮਿਲੇ ਜਦੋਂ ਸੰਤ ਮਿਲੇ ਨਾ ਤੇ ਮਹਾਂਪੁਰਖ ਮਿਲੇ ਤਾਂ ਕੁਛ ਆਪਣੀ ਕਹੀਏ ਕੁਛ ਸੁਣੀਏ ਮਿਲੇ ਅਸਤ ਮਸ਼ਟ ਹੋ ਰਹੀ ਹੈ ਮਸ਼ਟ ਵੀ ਚੁੱਪ ਹੋ ਰਹੀ ਹੈ ਮਸ਼ਟ ਦਾ ਮਤਲਬ ਹੈ ਚੁੱਪ ਹੋ ਰਹੀ ਹੈ ਕਲੀਅਰ ਹੈ ਬੇਟੇ ਬਾਕੀ ਆਪਾਂ ਕੱਲ ਦੀ ਕਲਾਸ ਚ ਕਰਾਂਗੇ ਇਹ ਲੇਖ ਕੰਪਲੀਟ ਕਰਾਂਗੇ ਜੇ ਜ਼ਿਆਦਾ ਬੋਲਣ ਦੇ ਨੇ ਕੀ ਨੁਕਸਾਨ ਨੇ ਜ਼ਿੰਦਗੀ ਦੇ ਵਿੱਚ ਜੇ ਜ਼ਿੰਦਗੀ 'ਚ ਖੁਸ਼ਹਾਲੀ ਲਿਆਉਣੀ ਹੈ ਤਾਂ ਚੁੱਪ ਰਹਿਣਾ ਚੰਗੀ ਗੱਲ ਹੈ ਚੁੱਪ ਰਹਿਣ ਦਾ ਮਤਲਬ ਇਹ ਨਹੀਂ ਹੈ ਕਿ ਆਪਣੀ ਜ਼ਬਾਨ ਨੂੰ ਤਾਲਾ ਲਾ ਕੇ ਰੱਖੋ ਚੁੱਪ ਰਹਿਣ ਦਾ ਮਤਲਬ ਇਹ ਵੀ ਨਹੀਂ ਹੈ ਵੀ ਲਾਈਨਸ ਲਿਖਣੀਆਂ ਚੁੱਪ ਰਹਿਣ ਦਾ ਮਤਲਬ ਇਹ ਹੈ
ਪਹਿਲਾਂ ਸੁਣੋ ਫਿਰ ਬੋਲੋ ਬਿਨਾਂ ਮਤਲਬ ਤੋਂ ਕਿਸੇ ਵੀ ਗੱਲ ਵਿੱਚ ਦਖਲ ਅੰਦਾਜ਼ੀ ਨਾ ਕਰੋ ਜ਼ਿਆਦਾ ਬੋਲਣ ਵਾਲੇ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਜ਼ਿਆਦਾ ਬੋਲਣ ਵਾਲਾ ਆਪਣੀ ਜ਼ਿੰਦਗੀ ਵਿੱਚ ਵੀ ਜ਼ਿੰਦਗੀ ਦੀ ਸ਼ਾਂਤੀ ਆਪ ਵੀ ਭੰਗ ਕਰ ਲੈਂਦਾ ਹੈ ਅਤੇ ਦੂਜਿਆਂ ਦੀ ਸ਼ਾਂਤੀ ਵੀ ਭੰਗ ਕਰਦਾ ਹੈ ਇਹੀ ਜ਼ਿੰਦਗੀ ਜੀਣ ਦਾ ਤਰਕ ਹੈ ਜੀਵਨ ਦਾ ਕੋਈ ਬਣਾਉਣ ਲਈ ਜ਼ਿੰਦਗੀ ਵਿੱਚ ਵਿਚਰਦਿਆਂ ਆਪਣੀ ਲੱਤਾਂ ਤੇ ਆਪਣੀ ਬੋਲੀ ਤੇ ਕਾਬੂ ਰੱਖੋ ਬਾਕੀ ਬੇਟੇ ਆਪਾਂ ਕੱਲ੍ਹ ਦੀ ਕਲਾਸ ਕਰਾਂਗੇ ਆਪਣੇ ਟੈਸਟ ਲਈ ਰੈਡੀ ਰਹਿਣਾ 1 o'clock ਤੇ ਲਿੰਕ ਸ਼ੇਅਰ ਹੋਏਗਾ ਬੱਚੇ ਥੈਂਕ ਯੂ ਸੋ ਮਚ